ਜਨਤਾ ਕਰਫਿਊ ਮਾਂਜੋਗ ਪ੍ਰਧਾਨ ਮੰਤਰੀ ਸਾਹਿਬ ਸੀਐਮ ਸਾਹਿਬ ਮਾਂਜੋਗ ਡੀਸੀ ਸਾਹਿਬ ਮਾਂਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਤੇ ਜੋ ਚੱਲ ਰਿਹਾ ਸ਼ਹਿਰ ਦੇ ਵਿੱਚ ਜਾਂ ਸਾਰੇ ਪੰਜਾਬ ਸਾਰੇ ਇੰਡੀਆ ਦੇ ਵਿੱਚ ਉਹਦੇ ਤਹਿਤ ਅਸੀਂ ਇਸ ਦੀ ਆਪਣਾ ਕੰਪਲੈਂਸ ਲਈ ਇਹਦੀ ਬਿਲਕੁਲ ਇਹਨੂੰ ਲਾਗੂ ਕਰ ਲਈ ਪੂਰੇ ਬਾਜ਼ਾਰ ਚ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਸਰਗਰਮ ਹੈ ਕੋਈ ਵੀ ਦੁਕਾਨ ਸ਼ਾਇਰ ਦੀ ਖੁੱਲੀ ਨਹੀਂ ਹੈ ਜੇ ਕੋਈ ਪਬਲਿਕ ਦਾ ਬੰਦਾ ਕਿਸੇ ਮਜਬੂਰੀ ਕਰਕੇ ਆਂਦਾ ਤੇ ਉਸ ਨੂੰ ਪਿਆਰ ਨਾਲ ਤੇ ਉਸ ਨੂੰ ਸਮਝਾ ਕੇ ਉਹਨਾਂ ਦੇ ਘਰ ਵਿੱਚ ਭੇਜਿਆ ਜਾ ਰਿਹਾ ਇਹ ਬਿਲਕੁਲ 101% ਇਹੋ ਰਹੇਗਾ ਵੀ ਕੋਈ ਵੀ ਬੰਦਾ ਬਾਹਰ ਨਹੀਂ ਆਏਗਾ ਨਾ ਹੀ ਕੋਈ ਦੁਕਾਨ ਖੁੱਲੇਗੀ ਕੀ ਅਪੀਲ ਕਰਦੇ ਤੁਸੀਂ ਲੋਕਾਂ ਨੂੰ ਅੱਜ ਤੇ ਪਬਲਿਕ ਨੂੰ ਤੇ ਇਹੋ ਅਪੀਲ ਕਰਾਂਗੇ ਵੀ ਜੋ ਕਰੋਨਾ ਵਾਇਰਸ ਦੇ ਕਰਕੇ ਸਰਕਾਰ ਉੱਪਰ ਤੱਕ ਸੈਂਟਰ ਸਰਕਾਰ ਪੰਜਾਬ ਸਰਕਾਰ ਜਾਂ ਸਾਰੇ ਸੀਨੀਅਰ ਅਫਸਰਾਂ ਨੇ ਜੋ ਸਟੈਪ ਲੈ ਰਹੇ ਹਨ ਉਹਦਾ ਸਮਰਥਨ ਕਰਨ ਤੇ ਇੱਕ ਦੋ ਦਿਨ ਲਈ ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਰੱਖਣ ਸਾਰੇ ਪਾਸੇ ਹੀ ਚੈੱਕ ਕਰ ਰਹੇ ਲੋਕਾਂ ਨੇ ਜਿਹੜਾ ਹੈਗਾ ਜਨਤਾ ਕਰਫਿਊ ਬੜਾ ਅਬਜ਼ਰਵ ਕੀਤਾ ਹੈਗਾ ਔਰ ਸਾਰੇ ਪਾਸੇ ਮੈਂ ਆਪ ਖੁਦラウンド ਮਾਰ ਰਿਹਾ ਹਾਂ ਡੀਸੀ ਸਾਹਿਬ ਵੀ ਬਾਹਰ ਹੈ ਆਪਣੇ ਤੇ ਸਾਰੇ ਲੋਕ ਜਿਹੜੇ ਹੈਗੇ ਆ ਅੰਦਰ ਬੈਠੇਗੇ ਸਿਰਫ ਜਿਹੜੀ ਐਮਰਜੈਂਸੀ ਸਰਵਿਸ ਜਿਹੜੀ ਹੈਗੀ ਉਹ ਖੁੱਲੀ ਹੈਗੀ ਜਿਵੇਂ ਕੁਝ ਲੋਕੀ ਇੱਕਦਮ ਸਾਨੂੰ ਮਿਲਿਆ ਸੀਗਾ ਰਸਤੇ 'ਚ ਉਹ ਵੈਰੀਫਾਈ ਕੀਤਾ ਤੇ ਹਸਪੀਟਲ ਚਲੇ ਸੀ ਕੋਈ ਉਹਨਾਂ ਨੂੰ ਮੈਡੀਕਲ ਪ੍ਰੋਬਲਮ ਸੀਗੀ ਬਾਕੀ ਸਾਰਾ ਅਬਜ਼ਰਵ ਬਿਲਕੁਲ ਬੰਦ ਹੈਗਾ ਤੇ ਲਾਅ ਐਂਡ ਆਰਡਰ ਬਿਲਕੁਲ ਮੇਨਟੇਨਡ ਹੈਗਾ ਸਭ ਕੀ ਅਪੀਲ ਕਰਨਾ ਚਾਹੂਗੀ ਜਨਤਾ ਦੀ ਨਾ ਤੁਹਾਨੂੰ ਇਹੀ ਅਪੀਲ ਕਰਾਂਗੇ ਇਹੋ ਜਿਹੇ ਜਿਹੜੇ ਬੰਦ ਹੈਗੇ ਇਹ ਇਤੋਂ ਹੀ ਬਚਾ ਹੈਗਾ ਆਪਣਾ ਕਿਉਂਕਿ ਜਿੰਨੇ ਦੁਨੀਆ ਇਹ ਤਾਂ ਆਪਣੇ ਚਲੋ ਮਾਨਜੂ ਪ੍ਰਧਾਨ ਮੰਤਰੀ ਵੱਲੋਂ ਸੀਗਾ ਜੇ ਆਪਾਂ ਆਪ ਇਨੀਸ਼ੀਏਟਿਵ ਲਈਏ ਤੇ ਆਪਾਂ ਇਸ ਬੁਫਾਰੀ ਤੋਂ ਬਚ ਸਕਦੇ ਹਾਂਗੇ ਸਾਰੇ ਬਤਾਏ ਵੀ ਜਾਏਗੇ ਗੋਲਾਸਪੁਰ ਇਹ ਡਿਪੈਂਡ ਕਰੂੰਗਾ ਲੋਕਾਂ ਦੇ ਹੁਣ ਵੈਸੇ ਫਿਲਹਾਲ ਤੇ ਅਸੀਂ ਅਪੀਲ ਕੀਤੀ ਸੀ ਕੱਲ ਆਪਣੇ ਸਾਰੇ ਐਸੋਸੀਏਸ਼ਨਸ ਨੂੰ ਕਿ ਇਹਨੂੰ ਐਕਸਟੈਂਡ ਕਰੋ ਤੇ ਉਹਨਾਂ ਨੇ ਸਾਨੂੰ ਕੋਆਪਰੇਟ ਕੀਤਾ ਹੋਏਗਾ ਤੇ ਮੇਰੇ ਖਿਆਲ ਐਕਸਟੈਂਡ ਹੋਊਗਾ ਇਹ